ਜੀ ਸਾਰਿਆਂ ਨੂੰ, ਜਿਵੇਂ ਇਸ ਤੋਂ ਪਹਿਲਾਂ ਵੀ ਇਸ ਮੈਟਰ ਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਜਾ ਚੁੱਕੀ ਹੈ ਮਾਣਯੋਗ SSP ਡਾਕਟਰ ਪ੍ਰਕਿਰ ਜੈਤ ਜੀ ਵੱਲੋਂ। ਇਹ ਮਾਮਲਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ 16/4 ਨੂੰ ਜਿਹੜੀ ਖਾਲਸਾ ਕਾਲਜ ਦੇ ਬਾਹਰ ਜਿਹੜੀ ਇੱਕ ਇੰਸੀਡੈਂਟ ਹੋਇਆ ਸੀ ਫਾਇਰਿੰਗ ਦਾ ਅਤੇ ਲੜਾਈ ਝਗੜੇ ਦਾ, ਜਿਸ ਵਿੱਚ ਕਿ ਕੁਝ ਕੁ ਜਿਹੜੇ ਨੌਜਵਾਨ ਸੀਗੇ ਉਹ ਆਪਣੇ ਵੱਲੋਂ ਹੀ ਇੱਕ ਤਰ੍ਹਾਂ ਦੀ ਪ੍ਰਧਾਨਗੀ ਦੀ ਉਹਨੂੰ ਲੈ ਕੇ ਜਿਹੜਾ ਹੈਗਾ ਇੰਸੀਡੈਂਟ ਉੱਥੇ ਹੋਇਆ ਸੀ। ਇਸ ਦੇ ਵਿੱਚ ਇਸ ਤੋਂ ਪਹਿਲਾਂ 3 ਜਿਹੜੇ ਵਿਅਕਤੀ ਹੈਗੇ ਗ੍ਰਿਫਤਾਰ ਕੀਤੇ ਗਏ ਸੀ। ਇਨਵੈਸਟੀਗੇਸ਼ਨ ਨੂੰ ਫਰਦਰ ਲੈ ਕੇ ਜਾਂਦਿਆਂ ਹੋਇਆ ਇਹਨਾਂ ਦੇ 2 ਐਸੋਸੀਏਟ ਹੋਏ, ਜਿਨ੍ਹਾਂ ਦਾ ਨਾਮ ਹੈਗਾ ਪ੍ਰਵੀਨ ਉਰਫ ਗੋਗੀ, ਜਿਹੜਾ ਕਿ ਰਹਿਣ ਵਾਲਾ ਹੈਗਾ ਢਾਣੀ ਡਾਂਗੂ ਰੋਡ ਰਾਜਾਵਾਲੀ ਦਾ, ਅਤੇ ਦੂਸਰਾ ਰਵੀ ਕੁਮਾਰ ਉਰਫ ਗੋਲੂ, ਜਿਹੜਾ ਰਹਿਣ ਵਾਲਾ ਹੈਗਾ ਰਾਮਸਰੇ ਦਾ। ਅਤੇ ਇਹ 'ਚ ਮੈਂ ਦੱਸਣਾ ਚਾਹਾਂਗਾ ਕਿ ਪ੍ਰਵੀਨ ਉਰਫ ਗੋਗੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੇ 2 ਮੁਕੱਦਮੇ ਦਰਜ ਨੇ। ਇੱਕ ਹੈਗਾ ਸਾਦੁਲ ਸ਼ਹਿਰ ਆਪਣਾ ਰਾਜਸਥਾਨ ਗੰਗਾਨਗਰ ਦਾ, ਦੂਸਰਾ ਥਾਣਾ ਸਦਰ ਅਬੋਹਰ ਦਾ। ਅਤੇ ਸਿਮਿਲਰਲੀ ਜਿਹੜਾ ਰਵੀ ਕੁਮਾਰ ਉਰਫ ਗੋਲੂ ਹੈਗਾ, ਗੋਲੂ ਦੇ ਉੱਤੇ ਵੀ ਸਦਰ ਅਬੋਹਰ ਦਾ ਇੱਕ ਜਿਹੜਾ ਪਰਚਾ ਹੈਗਾ ਇਹ ਦਰਜ ਹੈ। ਇਹ ਦੋਨੋਂ ਜਾਣੇ ਪੁਰਾਣੇ ਕੰਪਨੀਸ ਨੇ ਇੱਕ ਦੂਜੇ ਦੇ, ਅਤੇ ਇਸ ਇੰਸੀਡੈਂਟ ਆਫ ਫਾਇਰਿੰਗ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਸੀਗੀ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਪ੍ਰਵੀਰ ਨੂੰ 17 ਤਰੀਕ ਨੂੰ ਅਤੇ ਰਵੀ ਨੂੰ 18 ਤਰੀਕ ਨੂੰ ਕਰ ਲਿਆ ਗਿਆ। ਟੋਟਲ ਇਹਨਾਂ ਕੋਲੋਂ 2 ਕੋਲ ਵੀ ਜਿਹੜੇ ਹੈਗੇ ਬਰਾਮਦ ਕੀਤੇ ਗਏ ਨੇ। ਹੁਣ ਇਸ ਮੁਕੱਦਮੇ ਦੇ ਵਿੱਚ ਟੋਟਲ ਜਿਹੜਾ ਮੁਕੱਦਮਾ ਨੰਬਰ ਸਾਡਾ 67 ਹੈਗਾ, ਇਹਦੇ ਵਿੱਚ ਟੋਟਲ ਜਿਹੜੇ 5 ਆਰੋਪੀ ਜਿਹੜੇ ਹੁਣ ਤੱਕ ਜਿਹੜੇ ਗ੍ਰਿਫਤਾਰ ਕਰ ਲਏ। ਸਰ ਇਹ ਪਤਾ ਲੱਗਿਆ ਵੀ ਕਿੰਨੇ ਹਾਇਰ ਕੀਤਾ ਸੀ ਦੋਨਾਂ ਨੂੰ, ਕਿਵੇਂ ਤਾਲਮੇਲ ਹੋਇਆ ਸਾਰਿਆਂ ਦਾ ਆਪਸ ਵਿੱਚ? ਇਹਦੇ ਵਿੱਚ ਇਹ ਆਪਸ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ, ਜਿਹੜੇ ਇਸ ਤੋਂ ਪਹਿਲਾਂ ਆਪਾਂ ਨੂੰ ਮਿਲਿਆ ਸੀ ਮੁਕੇਸ਼ ਪੰਡਿਤ, ਜਿਹੜਾ ਕਿ ਬੇਸਿਕਲੀ ਪ੍ਰਧਾਨ ਬਣਨਾ ਚਾਹੁੰਦਾ ਸੀ, ਸੋ ਕਾਲਡ ਜਿਹਨੂੰ ਆਪਾਂ ਕਹਿ ਲਈਏ ਕਿ ਆਪਣੇ ਵੱਲੋਂ ਹੀ ਇੱਕ ਕਰਕੇ, ਅਤੇ ਇਹ ਉਹਦੇ ਹੀ ਸਾਥੀ ਸੰਗੀ ਨੇ ਸਾਰੇ, ਇੱਕ ਦੂਜੇ ਨੂੰ ਲੋਕਲ ਹੀ ਹੈਗੇ ਨੇ ਸਾਰੇ, ਉਹ ਸਦਰ ਬੋਰਡ ਦੇ ਏਰੀਏ ਦੇ ਹੈਗੇ ਨੇ, ਇੱਕ ਦੂਜੇ ਨੂੰ ਜਾਣਦੇ ਸੀ।